ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਥੋੜ੍ਹੀ ਜਿਹੀ ਸੀਰੀਅਸ ਹੈਗੀ ਹੈ ਕਿਉਂਕਿ 4 ਤਰੀਕ ਯਾਨੀ ਕਿ 4 ਫਰਵਰੀ ਪੰਜਾਬ ਦੇ ਆਉਣ ਵਾਲੇ 5 ਸਾਲਾਂ ਦਾ ਸਫ਼ਰ ਤੈਅ ਹੋਣਾ ਅਤੇ ਜਿਹੜੇ ਵੀ ਲੋਕ ਆਪਣੇ ਕੰਮਾਂ ਕਾਰਾਂ ਦੇ ਵਿੱਚ ਮਸ਼ਰੂਫ ਹਨ ਜਾਂ ਮੇਰੇ ਵਰਗੇ ਜਿਹੜੇ 24 ਘੰਟੇ ਫੋਨ 'ਤੇ ਟੁਕਰ ਟੁਕਰ ਕਰਦੇ ਰਹਿੰਦੇ ਆ ਜਾਂ ਜਿਨ੍ਹਾਂ ਨੂੰ ਰਜਾਈ 'ਚੋਂ ਨਿਕਲਣਾ ਔਖਾ ਲੱਗਦਾ ਹੈ ਪਲੀਜ਼ ਉੱਠੋ ਫਿਰ ਬਾਅਦ ਦੇ ਵਿੱਚ ਕਹਿਤਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ 'ਤੇ ਲਿਖਣ ਦਾ ਕੋਈ ਫਾਇਦਾ ਨਹੀਂ ਹੈ ਕਿ ਜੀ ਆਹ ਨਹੀਂ ਹੋਇਆ ਉਹ ਨਹੀਂ ਹੋਇਆ ਇਹ ਹੋ ਸਕਦਾ ਸੀ ਜੇ ਉਦੋਂ ਇਹ ਕੀਤਾ ਹੁੰਦਾ ਤਾਂ ਇਹ ਹੋ ਜਾਣਾ ਸੀ ਨਹੀਂ ਕਿਉਂਕਿ ਇਹ ਰਿਸਪੋਂਸੀਬਿਲਿਟੀ ਤੁਹਾਡੀ ਹੈ ਮੈਂ ਕਹਿੰਦਾ ਸਾਡੀ ਹੈ ਕਿਉਂਕਿ ਵੋਟਿੰਗ ਇੱਕ ਰਾਈਟ ਹੋਣ ਦੇ ਨਾਲ ਨਾਲ ਸਾਡੀ ਰਿਸਪੋਂਸੀਬਿਲਿਟੀ ਵੀ ਹੈਗੀ ਹੈ ਅਤੇ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨੂੰ ਬਖੂਬੀ ਨਿਭਾਈਏ